ਪੰਜਾਬ ਦੀ ਕਾਂਗਰਸ ਸਰਕਾਰ ਦੇ ਵੱਲੋਂ ਘਰ-ਘਰ ਨੌਕਰੀ ਦੇਣ ਦਾ ਆਗਾਜ਼ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਬੇਰੋਜ਼ਗਾਰੀ ਦੇ ਅੰਕੜੇ ਦੇ ਵਿੱਚ ਵਾਧਾ ਹੋ ਰਿਹਾ ਹੈ। ਹੁਣ ਕਾਂਗਰਸ ਸਰਕਾਰ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਲਈ ਕਾਂਗਰਸੀ ਯੁਵਾ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਚਲਾਈ ਗਈ ਨੈਸ਼ਨਲ ਰਜਿਸਟ੍ਰੇਸ਼ਨ ਆਫ ਅਨਇੰਪਲੋਇਮੈਂਟ ਮੁਹਿੰਮ ਦੇ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੱਧ ਚੜ੍ਹ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਹਰ ਇੱਕ ਨੌਜਵਾਨ ਜੋ ਅਜੇ ਤੱਕ ਬੇਰੋਜ਼ਗਾਰ ਹੈ ਉਸ ਨੂੰ ਆਪਣੇ ਨਾਲ ਜੋੜਿਆ ਜਾਵੇਗਾ। ਇਸ ਰਾਸ਼ਟਰੀ ਬੇਰੋਜ਼ਗਾਰੀ ਰਜਿਸਟ੍ਰੇਸ਼ਨ ਦੇ ਵਿੱਚ ਉਸ ਨੂੰ ਰਜਿਸਟਰ ਕੀਤਾ ਜਾਵੇਗਾ। ਜ਼ਿਕਰੇ ਖਾਸ ਹੈ ਕਿ ਪੰਜਾਬ ਵਿੱਚ ਘਰ-ਘਰ ਨੌਕਰੀ ਦੇਣ ਤੋਂ ਬਾਅਦ ਹੁਣ ਕਾਂਗਰਸ ਦੇ ਵੱਲੋਂ ਨੈਸ਼ਨਲ ਰਜਿਸਟ੍ਰੇਸ਼ਨ ਆਫ ਅਨਇੰਪਲੋਇਮੈਂਟ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਦੇ ਵਿੱਚ ਜਦ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪੂਰੇ ਭਾਰਤ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਬੇਰੁਜ਼ਗਾਰੀ ਖਿਲਾਫ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਦੇ ਸਮੇਂ ਦੌਰਾਨ ਬਹੁਤ ਵਧੀ ਹੈ, ਉਹਨੂੰ ਇੱਕ ਉਹਦਾ ਸਹੀ ਅੰਕੜਾ ਜਾਂਚਣ ਲਈ ਨੌਜਵਾਨਾਂ ਤੱਕ ਵੱਧ ਤੋਂ ਵੱਧ ਪਹੁੰਚ ਕਰਨ ਲਈ ਇਹ ਮੁਹਿੰਮ ਹੈ ਜਿਹੜੀ NRU ਚਲਾਈ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਸਾਡੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਜੀ ਅਤੇ ਸਾਡੇ ਜਿਹੜੇ ਇੰਚਾਰਜ ਆ ਸੂਬੇ ਦੇ ਬੰਟੀ ਛੇਲਕੇ ਜੀ, ਉਹਨਾਂ ਦੀ ਅਗਵਾਈ ਹੇਠ ਇਹ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਇੱਥੇ ਫਰੀਦਕੋਟ ਦੇ ਵਿੱਚ ਸਾਡੇ ਇੰਚਾਰਜ ਪਰਮਿੰਦਰ ਡੈਂਪਲ ਜੀ ਅੱਜ ਜ਼ਿਲ੍ਹੇ ਦੇ ਆਏ ਆ, ਇਹਨਾਂ ਨੇ ਅੱਜ ਇਹਦੇ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਅਤੇ ਸਾਡੇ ਗੁਰਲਾਲ ਭਲਵਾਨ ਜੀ ਜ਼ਿਲ੍ਹੇ ਦੇ ਪ੍ਰਧਾਨ ਨੇ ਅਤੇ ਹਲਕੇ ਦੇ ਪ੍ਰਧਾਨ ਨੇ ਸੁਖਚੈਨ ਚੈਣਾ ਜੀ, ਸਾਰੇ ਨੌਜਵਾਨ ਸਾਥੀ ਮਿਲ ਕੇ ਅਸੀਂ ਇਹਨੂੰ ਵੱਧ ਤੋਂ ਵੱਧ ਲੋਕਾਂ 'ਚ ਲੈ ਕੇ ਜਾਵਾਂਗੇ। ਨੌਜਵਾਨਾਂ ਨੂੰ ਬੇਰੁਜ਼ਗਾਰ ਨੇ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਇਸ ਮੁਹਿੰਮ ਪ੍ਰਤੀ ਜਾਗਰੂਕ ਕਰਾਂਗੇ ਅਤੇ ਇਸ ਮੁਹਿੰਮ ਨਾਲ ਜੋੜ ਕੇ ਜਿਹੜੀ ਕੇਂਦਰ ਦੀ ਗੁੰਗੀ ਬੋਲੀ ਸਰਕਾਰ ਹੈ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ। ਜਿਹੜੀ ਅੱਜ ਪ੍ਰੈਸ ਕਾਨਫਰੰਸ ਜ਼ਿਲ੍ਹਾ ਫਰੀਦਕੋਟ ਦੀ ਯੂਥ ਕਾਂਗਰਸ ਦਾ ਮਕਸਦ ਇਹ ਹੈ ਵੀ ਜਿਹੜਾ NRU ਹੈ ਇਹ ਰਾਹੁਲ ਗਾਂਧੀ ਜੀ ਦੀ ਸੋਚ ਹੈ ਵੀ ਜਿਹੜਾ ਮੋਦੀ ਸਰਕਾਰ ਨੇ ਝੂਠ ਮਾਰੇ ਹੈ, ਜਿਹੜਾ ਕਿ ਇਹਨਾਂ ਨੇ ਬੇਰੁਜ਼ਗਾਰੀ ਦੇ ਅੰਕੜੇ ਜਿਉਂ ਦੇਸ਼ ਆਜ਼ਾਦ ਹੋਇਆ ਕਿਤੇ ਵੀ ਇੰਨੇ ਬੁਰੇ ਹਾਲਾਤ ਨਹੀਂ ਸੀ ਜਿਹੜੇ ਹੁਣ ਇਸ ਟਾਈਮ ਦੇਸ਼ ਦੇ ਹਾਲਾਤ ਮਾੜੇ ਆ। NRU ਦਾ ਮਤਲਬ ਇਹ ਹੈ ਨੈਸ਼ਨਲ ਰਜਿਸਟਰ ਆਫ ਅਨਇੰਪਲਾਇਮੈਂਟ। ਇਹਨਾਂ ਨੇ 2014 ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਪਿਛਲੀ ਵਾਰ ਆਈ ਹੈ ਉਦੋਂ ਇਹ ਸਿਸਟਮ ਹੀ ਬੰਦ ਕਰਤਾ, ਜਿਹੜੀ ਆਪਾਂ ਇੱਕ ਸਰਵੇ ਆਉਂਦਾ ਹੁੰਦਾ ਸੀ ਹਰ 5 ਸਾਲਾਂ ਬਾਅਦ 10 ਸਾਲਾਂ ਬਾਅਦ ਸਰਕਾਰ ਦਾ ਇੱਕ ਸਰਵੇ ਹੁੰਦਾ ਸੀ ਵੀ ਆਪਣੇ ਦੇਸ਼ ਦੇ ਵਿੱਚ ਕਿੰਨੇ ਲੋਕ ਬੇਰੁਜ਼ਗਾਰ ਨੇ। ਉਹ ਇਹਨਾਂ ਨੇ ਸਾਰਾ ਸਿਸਟਮ ਬੰਦ ਕਰਕੇ ਹੁਣ ਤੁਸੀਂ ਕਦੇ ਵੀ ਕਿਤੇ ਵੀ ਅੰਕੜੇ ਲੈ ਲਓ ਇਹ ਤੁਹਾਨੂੰ ਇਹ ਅੰਕੜੇ ਨਹੀਂ ਮਿਲਣਗੇ ਵੀ ਆਪਣੇ ਦੇਸ਼ ਦੇ ਵਿੱਚ ਕਿੰਨੀ ਪ੍ਰਸੈਂਟ ਬੇਰੁਜ਼ਗਾਰੀ ਹੈ। ਇਹਦਾ ਮਕਸਦ ਇਹ NRU ਦਾ ਮਕਸਦ ਇਹ ਹੈ ਵੀ ਰਾਹੁਲ ਗਾਂਧੀ ਦੀ ਸੋਚ ਹੈ ਵੀ ਆਪਾਂ ਇੱਕ ਆਪਦੇ ਵੱਲੋਂ ਅੰਕੜਾ ਤਿਆਰ ਕਰੀਏ। ਇਹਦਾ ਇੱਕ ਦਫ਼ਤਰ ਖੋਲ੍ਹਿਆ ਗਿਆ ਵਾ ਬਕਾਇਦਾ, ਉਹਦੇ ਵਿੱਚ ਸਾਰੀ ਜਿੱਥੇ ਵੀ ਇਹਦੇ 'ਤੇ ਇੱਕ ਨੰਬਰ ਹੈ ਥੱਲੇ ਉੱਥੇ ਮਿਸ ਕਾਲ ਮਾਰਨੀ ਪੈਂਦੀ ਹੈ ਤਾਂ ਕਿ ਪਤਾ ਲੱਗ ਸਕੇ ਵੀ ਆਪਣੇ ਦੇਸ਼ ਦੇ ਵਿੱਚ ਕਿੰਨੀ ਬੇਰੁਜ਼ਗਾਰੀ ਹੈ। ਜੋ ਕਿ ਸਰਕਾਰ ਆ ਮੋਦੀ ਸ਼ਾਹ ਜੋ ਅਮਿਤ ਸ਼ਾਹ ਵਾ ਜਾਂ ਮੋਦੀ ਹੈ ਜੋ ਸਰਕਾਰ ਝੂਠ ਮਾਰੀ ਜਾਂਦੀ ਹੈ ਕਿ ਅਸਲ ਅੰਕੜੇ ਲੋਕਾਂ ਨੂੰ ਪਤਾ ਲੱਗੇ ਵੀ ਇਸ ਟਾਈਮ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਬੇਰੁਜ਼ਗਾਰੀ ਹੈ। ਨਹੀਂ ਦੇਖੋ ਇਕੱਲੇ ਇਹ ਰਾਹੁਲ ਗਾਂਧੀ ਜੀ ਇਕੱਲੇ ਪੰਜਾਬ ਦੇ ਨਹੀਂ ਗਏ, ਉਹ ਸਾਰੇ ਦੇਸ਼ ਦੇ ਨੇਤਾ, ਉਹਨਾਂ ਨੇ ਸਾਰੇ ਦੇਸ਼ ਦੀ ਗੱਲ ਕਰਨੀ ਹੈ, ਇਕੱਲੇ ਪੰਜਾਬ ਦੀ ਗੱਲ ਨਹੀਂ ਕਰਨੀ। ਜਿਹੜੀ ਆ ਪੰਜਾਬ ਦਾ ਜਿਹੜਾ ਸਿਸਟਮ ਹੈ, ਮਹਾਰਾਜ ਸਾਹਿਬ ਦਾ ਕੱਲ੍ਹ ਬਿਆਨ ਵੀ ਆਇਆ ਵੀ ਮੈਂ ਅੰਕੜੇ ਤੁਹਾਨੂੰ ਪ੍ਰੈਸ 'ਚ ਵੀ ਦੇ ਦੂੰਗਾ, ਮੈਂ ਕਿੱਥੇ ਕਿੱਥੇ ਨੌਕਰੀਆਂ ਕਿੰਨੇ ਕਿੰਨੇ ਮੁੰਡੇ ਲੱਗੇ ਆ ਇੱਕ ਇੱਕ ਅੰਕੜਾ ਹੀ ਪ੍ਰੈਸ 'ਚ ਦਿਆਂ। ਇਹਦਾ ਅੰਕੜੇ ਦਾ ਦੇਖੋ ਜੀ ਆਹ ਥੱਲੇ ਇੱਕ ਨੰਬਰ ਹੈ, ਇੱਥੇ ਆਪਾਂ ਇੱਕ ਮਿਸ ਕਾਲ ਮਾਰਨੀ ਹੈ, ਇਸ ਤੋਂ ਪਤਾ ਲੱਗ ਜੂਗਾ ਵੀ ਆਪਣੀ ਕਿੰਨੀ ਯੂਥ ਇਸ ਟਾਈਮ ਪੜ੍ਹ ਲਿਖ ਕੇ 90-90% ਨੰਬਰ ਲੈ ਕੇ। ਸਭ ਤੋਂ ਵੱਡੀ ਤਰਾਸਗੀ ਤਾਂ ਇਹ ਆ ਪੰਜਾਬ ਦੀ ਵੀ ਜਿੰਨੀ ਵੀ ਮਿਹਨਤੀ ਇੰਟੈਲੀਜੈਂਟ ਮੁੰਡਾ ਸੀ ਉਹ ਚਲਿਆ ਗਿਆ ਬਾਹਰ। ਦੂਜੀ ਪ੍ਰੋਬਲਮ ਇਹ ਹੈ ਵੀ ਆਪਣੇ ਦੇਸ਼ ਦਾ ਇਹਨਾਂ ਨੇ ਜਿਹੜਾ ਝੂਠ ਤਪਾਣ ਮਾਰ ਕੇ ਦੁਬਾਰਾ ਸਰਕਾਰ ਲੈ ਆਉਂਦੀ ਹੈ, ਲੋਕ ਗਮਰਾਹ ਹੋ ਗਏ, ਲੋਕ ਇਹਨਾਂ ਦੇ ਮਗਰ ਲੱਗ ਗਏ, ਪਰ ਇਹਨਾਂ ਨੇ ਕੀਤਾ ਕੁਛ ਨਹੀਂ। ਇਹ ਇੱਕ ਲੋਟੂਆਂ ਦੀ ਅਤੇ ਇੱਕ ਗੁੰਡਿਆਂ ਦੀ ਸਰਕਾਰ ਮੈਂ ਸਮਝਦਾ ਵੀ ਦੇਖ ਲਓ ਇਹਨਾਂ ਨੇ ਦਿੱਲੀ ਦੇ ਵਿੱਚ ਕੀ ਕੋਸ਼ਿਸ਼ ਕੀਤੀ ਹੈ ਵੀ ਜੋ ਇਹਨਾਂ ਨੇ ਆਹ 3-4 ਦਿਨਾਂ ਦੇ ਵਿੱਚ ਹਾਲ ਕੀਤਾ ਉੱਥੇ ਦਿੱਲੀ ਦਾ। ਬਿਲਕੁਲ ਇਹ ਵੀ ਗੱਲ ਬੜੀ ਵਧੀਆ ਜੀ ਪੁੱਛੀ ਹੈ, ਇਹਦਾ ਅੰਕੜੇ ਇਕੱਲੇ ਇਕੱਠੇ ਕਰਨੀ, ਇਹ ਜਿਹੜਾ ਸਿਸਟਮ ਸਾਰਾ ਰਜਿਸਟਰ ਹੋ ਜਾਣਾ ਵਾ ਸਾਡੇ ਅਕਬਰ ਰੋਡ ਦੇ ਆਫਿਸ 'ਚ। ਜਦੋਂ ਵੀ ਰਾਹੁਲ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਸਭ ਤੋਂ ਪਹਿਲਾਂ ਇਹ ਜਿਹੜਾ ਮੁੱਦਾ ਵਾ ਇਹਨੂੰ ਚੱਕ ਕੇ ਘਰ ਘਰ ਨੌਕਰੀ ਦਿੱਤੀ ਜਾਵੇ।
बिल्कुल कामयाब रहूगी जी। तुसीं मैनूं दसो नहीं नौकरियां मिलियां महाराज साहब के टाइम साढ़े पिंड दे विच दो मुंडे लगे है महकमे दे विच एक चवानी नहीं लगी उन्हां दी। देखो वो सरकारां दी पॉलिसी चल रही है हुण इस साल दे विच सारा अंकड़ा इकट्ठा करके किहड़े किहड़े महकमे दे विच किन्नी किन्नी परसेंटेज चाहीदी है वह मेरे हिसाब नाल सितंबर ते लास्ट दे विच इह सारियां नौकरियां उन्होंने ऐड आ जाणियां ते तकरीबन बहुत ज़्यादा यूथ उस दे विच एडजस्ट हो जूगा। ਫਰੀਦਕੋਟ ਤੋਂ ਜਗਤਾਰ ਦੁਸਾਂਝ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨਆਰਆਈ।